ਚੋਟਾਂ ਤੇ ਲੱਗ ਚੋਟਾਂ ਜਾਵਣ, ਮੰਦੜੇ ਹਾਲ ਸਰੀਰਾਂ ਦੇ, ਕਹਿੰਦਾ ਨੋਟ ਖਰਚ ਕੇ ਖੁਸ਼ੀ ਨਾ ਮਿਲਦੀ, ਕਮਲ ਸੌਦੇ ਤਕਦੀਰਾਂ ਦੇ। ਹਾਂਜੀ ਦੋਸਤੋ, ਆ ਗਏ ਆਪਾਂ ਵਾਪਸ ਆਪਣੇ ਜੰਗਲ 'ਚ। ਅੱਜ ਨਵਾਂ ਆਸਣ ਲੱਭੀਏ, ਕੋਈ ਨਵੀਂ ਥਾਂ ਲੱਭੀਏ, ਕੋਈ ਜਿੱਥੇ ਕੁੱਲੀ ਪਾ ਹੋਵੇ। ਪਤਾ ਨਹੀਂ ਤੁਹਾਨੂੰ ਆਵਾਜ਼ ਆਉਂਦੀ ਜਾਂ ਨਹੀਂ, ਪਰ ਪੂਰੀ ਕਾਟੋ ਦਰਖਤਾਂ 'ਤੇ ਖੇਡ ਰਹੀ ਆ, ਉਹ ਵੀ ਬਰਫ਼ 'ਚ। ਕੀ ਬਾਤ ਹੈ, ਉੱਥੇ ਉੱਪਰ ਦੇਖਦੇ ਹਾਂ। ਆਹ ਸਭ ਪੈੜਾਂ ਜਾਨਵਰਾਂ ਦੀਆਂ ਹੀ ਆ। ਇੱਥੇ ਸਨੋਅ ਪੈਣ ਤੋਂ ਬਾਅਦ ਮੈਂ ਹੀ ਹਾਂ ਪਹਿਲਾਂ ਜਿਹੜਾ ਇੱਥੇ ਅੰਦਰ ਆਇਆ। ਜਾਨਵਰਾਂ ਨੇ ਆਪਣਾ ਰਸਤਾ ਬਣਾਇਆ ਆ, ਆਪਾਂ ਵੀ ਜਾਨਵਰਾਂ ਦੇ ਰਸਤੇ 'ਤੇ ਹੀ ਤੁਰੇ ਹੋਏ ਹਾਂ। ਸਨੋਅ ਬੜੀ ਹੈ ਇੱਥੇ, ਆ ਕਿਸੇ ਨੇ ਪਹਿਲਾਂ ਦੀ ਪਾਈ ਆ ਕੁੱਲੀ ਜੀ, ਸਦਕੇ ਬਈ ਇਹ ਕਿਸੇ ਨਿਆਣੇ ਨੇ ਬਣਾਈ ਆ ਝੋਪੜੀ। ਇੱਥੇ ਠੀਕ ਆ ਕੰਮ, ਉੱਥੇ ਦੇਖਦੇ ਅੱਗੇ। ਲਓ ਜੀ ਦੋਸਤੋ, ਜਗ੍ਹਾ ਲੱਭ ਲਵਾਂ ਫਿਰ ਮਿਲਦੇ ਹਾਂ। ਹਾਂਜੀ ਮਿਲ ਗਈ, ਮਿਲ ਗਈ ਜਗ੍ਹਾ ਵਧੀਆ ਜੀ, ਥੋੜ੍ਹੀ ਜਿਹੀ ਡੂੰਘੀ ਆ ਅਤੇ ਗਰਮੀ ਜ਼ਰਾ ਜ਼ਿਆਦਾ ਲੱਗੂਗੀ ਜਦੋਂ ਅੱਗ ਲਾਵਾਂਗੇ। ਬੈਠਣ ਨੂੰ ਤਾਂ ਇੱਥੇ ਜਿੱਦਾਂ ਜਿੱਥੇ ਮਰਜ਼ੀ ਬਹਿ ਜਾਓ, ਪਰ ਇਹ ਹੁੰਦਾ ਦੇਖਣਾ ਕਿ ਮਾੜੀ ਜਿਹੀ ਪ੍ਰਾਈਵੇਸੀ ਰਹੇ ਅਤੇ ਉੱਦਾਂ ਵੀ ਕੰਫਰਟੇਬਲ ਹੋਵੇ। ਅਤੇ ਜੇ ਬਾਈ ਚਾਂਸ ਕੋਈ ਆਉਂਦਾ ਜਾਂਦਾ ਬੰਦਾ ਕੋਈ ਆ ਜਾਵੇ ਅਤੇ ਉਹ ਵੀ ਨਾ ਡਿਸਟਰਬ ਹੋਵੇ ਅਤੇ ਅਸੀਂ ਵੀ ਨਾ ਡਿਸਟਰਬ ਹੋਈਏ। ਇੱਥੇ ਲਾਵਾਂਗੇ ਆਪਾਂ ਹੁਣ ਅੱਗ, ਇੱਥੇ ਬੈਠਾਂਗੇ ਆਰਾਮ ਨਾਲ, ਉਹ ਆਪਣਾ ਬਸਤਾ। ਅਤੇ ਲਓ ਜੀ ਕੈਂਪ ਸ਼ੁਰੂ ਕਰਦੇ ਹਾਂ। ਤੁਸੀਂ ਸੋਚਦੇ ਹੋ ਐਡਾ ਬਸਤਾ ਇਹਦਾ, ਇਹ ਐਡਾ ਸਾਰਾ ਬਸਤਾ ਸਾਡਾ, ਇਹਦੇ 'ਚ ਜ਼ਿਆਦਾਤਰ ਆਪਾਂ ਆਹ ਲੱਕੜਾਂ ਹੀ ਆ ਧੁਰ ਤੱਕ ਥੱਲੇ ਤੱਕ ਪੂਰੇ ਬਸਤੇ 'ਚ, ਅਤੇ ਉੱਤੇ ਉੱਤੇ ਥੋੜ੍ਹਾ ਜਿਹਾ ਆਹ ਆਪਣਾ ਟੂਲ ਟਾਲ ਰੱਖੇ ਆ
ਸਾਈਡਾਂ 'ਚ ਆਪਾਂ ਪਾਣੀ ਪੂਣੀ ਪਾਇਆ ਆ, ਥਰਮਸ ਵਗੈਰਾ। ਅਤੇ ਲਓ ਜੀ, ਲੱਕੜ ਸਾਡੇ ਕੋਲ ਆ, ਇੱਥੇ ਬਣਾਉਂਦੇ ਹਾਂ, ਲਾਉਂਦੇ ਹਾਂ ਅੱਗ ਜ਼ਰਾ। ਅਰਜਨ ਵੈਲੀ ਨੇ ਪੈਰ ਜੋੜ ਕੇ ਗੜਾਸੀ ਮਾਰੀ। ਆ ਵੀ ਗੜਾਸੀ ਆ, ਇਹ ਕਿਸਮ ਦਾ ਹਵਨ ਹਵਨ ਹੀ ਬਣ ਰਿਹਾ, ਪਰ ਆਪਾਂ ਹਵਨ ਨਹੀਂ ਕਰਦੇ। ਟਾਵਰ ਬਣਾ ਤਾਂ ਲਿਆ ਆਪਾਂ, ਬਸ ਹੁਣ ਡਿੱਗੇ ਨਾ।
ਲਓ ਜੀ ਗੱਲ ਬਣ ਗਈ ਅੱਜ ਵੀ। ਆ ਟਾਵਰ ਜਿਹਾ ਆਪਾਂ ਬਣਾ ਤਾਂ ਲਿਆ ਹਵਨ ਵਰਗਾ, ਬਸ ਡਿੱਗਿਆ ਨਾ ਹੁਣ, ਬਾਕੀ ਖੈਰ ਆ। ਲਓ ਜੀ ਇੱਥੇ ਆਪਾਂ ਬੈਠਾਂਗੇ ਹੁਣ ਆਰਾਮ ਨਾਲ, ਆ ਅੱਗ ਆਪਣੀ, ਆਰਾਮ ਨਾਲ ਆਪਾਂ ਹੁਣ ਇੰਜੋਇਮੈਂਟ ਕਰਾਂਗੇ। ਇਹਨੂੰ ਵੀ ਕਹਿੰਦੇ ਹੁੰਦੇ ਆ ਇੰਜੋਇਮੈਂਟ। ਇੰਜੋਇਮੈਂਟ ਜ਼ਰੂਰੀ ਪੈਸੇ ਖਰਚ ਕੇ ਨਹੀਂ ਮਿਲਦਾ, ਕਹਿੰਦਾ ਨੋਟ ਖਰਚ ਕੇ ਖੁਸ਼ੀ ਨਾ ਮਿਲਦੀ, ਕਮਲ ਸੌਦੇ ਤਕਦੀਰਾਂ ਦੇ, ਚੋਟਾਂ ਤੇ ਲੱਗ ਚੋਟਾਂ ਜਾਵਣ, ਮੰਦੜੇ ਹਾਲ ਸਰੀਰਾਂ ਦੇ। ਬਸ ਇੱਦਾਂ ਹੀ ਆ, ਨੋਟ ਖਰਚ ਕੇ ਤੁਸੀਂ ਖੁਸ਼ੀ ਨਹੀਂ ਖਰੀਦ ਸਕਦੇ। ਜੋ ਦਰ ਖੜਕਾਇਆ ਖੁੱਲ੍ਹਦਾ ਨਹੀਂ, ਉਹ ਤੋੜ ਕੇ ਕੀ ਲੈਣਾ, ਜੋ ਘਰ ਹੀ ਆਪਣਾ ਨਹੀਂ ਰਿਹਾ, ਉਸ ਮੋੜ 'ਤੇ ਕੀ ਲੈਣਾ। ਹਵਾ 'ਚ ਉੱਡਦੇ ਫਿਰਦੇ ਪਾਟੇ ਨੋਟਾਂ ਵਰਗੇ ਆ, ਤੇਰੇ ਸ਼ਹਿਰ 'ਚ ਵੱਸਦੇ ਹਾਂ ਪਰ ਉਜੜੇ ਲੋਕਾਂ ਵਰਗੇ। ਕਮਲ ਹੀਰ ਹੋਣਾ ਦਾ ਗਾਣਾ ਬਹੁਤ ਜ਼ਬਰਦਸਤ। ਆ ਹੋ ਗਈ ਕਰਤੀ ਨਾ ਗੱਲ, ਹੋ ਗਈ ਨਾ ਉਹੀ ਗੱਲ ਫਿਰ, ਪਰ ਅੱਗ ਸਾਡੀ ਫਿੱਟ ਆ, ਆਪਾਂ ਨਾਲ ਦੀ ਨਾਲ ਇਹਨੂੰ ਮਾੜਾ ਜਿਹਾ ਬਸ ਕਰੀ ਜਾਣਾ ਸੈੱਟ। ਉੱਥੇ ਇੱਕ ਦਰਖਤ ਦੇਖਿਆ ਮੈਂ ਪਰੇ ਜਿਹੇ ਜ਼ਰਾ, ਐਨ ਸੁੱਕਾ ਮਰਿਆ ਦਰਖਤ ਆ ਇੱਕ। ਠੰਡ ਵੀ ਅੱਜ ਬਹੁਤ ਆ, -10 ਆ ਡਿਗਰੀ ਟੈਂਪਰੇਚਰ ਅੱਜ, ਅਤੇ ਠੰਡ ਕਾਫੀ ਆ। ਲੱਕੜ ਮੇਰੇ ਕੋਲ ਬਹੁਤ ਆ, ਪਰ ਮੈਂ ਸੋਚਦਾ ਉਹ ਦਰਖਤ ਵੀ ਜੇ ਵੱਢ ਲਈਏ, ਦੇਖਦੇ ਹਾਂ ਕੀ ਬਣਦਾ। ਫਿਲਹਾਲ ਆਪਾਂ ਕੈਂਪ ਬਣਾ ਲਿਆ ਆਪਣਾ, ਅੱਗ ਵੀ ਆਪਾਂ ਲਾ ਲਈ ਆਰਾਮ ਨਾਲ, ਅਤੇ ਥੋੜ੍ਹੀ ਜਿਹੀ ਹੁਣ ਚਾਹ ਬਣਾਈਏ, ਚਾਹ ਪੀਏ ਥੋੜ੍ਹੀ ਜਿਹੀ।